ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। 25 ਸਾਲ ਯਾਨੀ ਕਿ ਕਿਸੇ ਇਨਸਾਨ ਦੀ ਅੱਧੀ ਜ਼ਿੰਦਗੀ। ਇੱਕ ਮਾਂ ਨੇ ਆਪਣੇ ਪੁੱਤ ਦੇ ਕਤਲ ਦਾ ਇਨਸਾਫ ਲੈਣ ਵਾਸਤੇ 25 ਸਾਲ ਤੱਕ ਲੜੀ ਕਾਨੂੰਨੀ ਜੰਗ। ਕਾਨੂੰਨੀ ਜੰਗ ਵੀ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਦੇ ਹੱਥ 'ਚ ਕਾਨੂੰਨ ਦੀ ਤਾਕਤ ਸੀ। ਇੱਕ ਮਾਂ ਨੇ ਆਪਣੇ ਪੁੱਤ ਦੇ ਕਤਲ ਦਾ ਇਨਸਾਫ 25 ਸਾਲ ਬਾਅਦ ਲਿਆ ਹੈ। ਕਤਲ ਕਰਨ ਦਾ ਇਲਜ਼ਾਮ ਵੀ ਕਿਸੇ ਆਮ ਬੰਦੇ ਤੇ ਨਹੀਂ ਬਲਕਿ ਪੁਲਿਸ ਮੁਲਾਜ਼ਮਾਂ ਤੇ ਸੀ। ਗੁਰਦਾਸਪੁਰ ਦੀ ਇੱਕ ਮਾਂ ਦੀ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ 'ਚ ਵੀ ਹੰਝੂ ਆ ਜਾਣਗੇ। ਇਸ ਮਾਂ ਦੇ ਪੁੱਤ ਨੂੰ ਕੁਝ ਲੋਕ ਘਰੋਂ ਚੱਕ ਕੇ ਲੈ ਗਏ। 5 ਦਿਨ ਬਾਅਦ ਅਖਬਾਰ 'ਚ ਪਤਾ ਚੱਲਿਆ ਕਿ ਉਸਦੇ ਪੁੱਤ ਦਾ ਐਨਕਾਊਂਟਰ ਹੋ ਗਿਆ। ਐਨਕਾਊਂਟਰ ਕਰਨ ਵਾਲੇ ਮੁਲਾਜ਼ਮਾਂ ਦੇ ਖਿਲਾਫ ਇਸ ਮਾਂ ਨੇ ਲੰਬੀ ਜੰਗ ਲੜੀ। ਆਖਿਰਕਾਰ 25 ਸਾਲ ਬਾਅਦ ਉਹਨਾਂ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਪੂਰੀ ਘਟਨਾ। ਮਾਂ ਦਾ ਨਾਬਾਲਗ ਪੁੱਤ ਪੁਲਿਸ ਨੇ ਚੱਕ ਲਿਆ ਸੀ। ਕੁਝ ਦਿਨਾਂ ਬਾਅਦ ਪੁੱਤ ਦਾ ਫਰਜ਼ੀ ਐਨਕਾਊਂਟਰ ਹੋ ਗਿਆ। ਹੁਣ ਪਿਛਲੇ 25 ਸਾਲਾਂ ਤੋਂ ਇਹ ਮਾਂ ਆਪਣੀ ਧੀ ਤੇ ਜਵਾਈ ਦੇ ਘਰ ਰਹਿ ਰਹੀ ਹੈ। ਪਰ ਇਹਨਾਂ 25 ਵਰਿਆਂ ਤੋਂ ਇਸ ਮਾਂ ਨੇ ਲਗਾਤਾਰ ਕਾਨੂੰਨ ਦੀ ਲੜਾਈ ਲੜੀ ਕਿਉਂਕਿ ਉਹ ਆਪਣੇ ਪੁੱਤ ਦਾ ਫਰਜ਼ੀ ਐਨਕਾਊਂਟਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਦਿਲਵਾਉਣਾ ਚਾਹੁੰਦੀ ਸੀ। ਆਖਿਰਕਾਰ ਸਬਰ ਦਾ ਫਲ ਮਿਲਿਆ। ਪੁੱਤ ਤਾਂ ਵਾਪਸ ਨਹੀਂ ਸੀ ਆ ਸਕਦਾ ਪਰ 25 ਸਾਲਾਂ ਬਾਅਦ ਇਨਸਾਫ ਜ਼ਰੂਰ ਮਿਲ ਗਿਆ। ਅਦਾਲਤ ਨੇ ਹੁਣ ਦੋਨਾਂ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਫਿਲਹਾਲ ਇਹ ਮਾਂ ਹੁਣ ਆਪਣੀ ਧੀ ਤੇ ਜਵਾਈ ਦੇ ਨਾਲ ਰਹਿ ਰਹੀ ਹੈ। ਧੀ ਤੇ ਜਵਾਈ ਦੇ ਮੂੰਹ ਤੋਂ ਸੁਣੋ ਇਸ ਮਹਿਲਾ ਦੀ ਕਾਨੂੰਨੀ ਜਾਂਚ। ਤੋਂ ਬਾਅਦ ਸਾਨੂੰ ਬਹੁਤ ਘਾਟਾ ਪਿਆ, ਮੇਰੀ ਭੈਣਾਂ ਦਾ ਵੀ ਕੋਈ ਹਾਲ ਨਹੀਂ ਹੁੰਦਾ, ਵੀਰ ਚੱਲ ਜਾਂਦੇ, ਤੁਹਾਨੂੰ ਪਤਾ ਹੀ ਭੈਣਾਂ ਦਾ ਜਿਉਣਾ ਥੋੜਾ ਹੁੰਦਾ ਹੈ। ਮਾਤਾ ਜੀ ਮੇਰੇ ਕੋਲ ਰਹਿੰਦੇ ਨੇ, ਆਪਣੇ ਘਰੇ ਬੱਚਾ ਉਹਨਾਂ ਦਾ ਹੁੰਦਾ, ਉਹਨਾਂ ਵਿਆਹੁੰਦੇ ਘਰੇ ਬਿਠਾਉਂਦੇ ਉਹਨਾਂ ਨੂੰ, ਮਾਤਾ ਜੀ ਘਰ ਰਹਿੰਦੇ ਮੇਰੇ, ਮਾਤਾ ਜੀ ਮੇਰੇ ਕੋਲ ਰਹਿੰਦੇ ਨੇ। ਮੈਂ ਵੀਰ ਜੀ ਬਹੁਤ ਦੁਖੀ, ਨਾ ਮਾਤਾ ਜੀ ਨੂੰ ਵੇਚ ਸਕਦੀ ਹਾਂ ਅਤੇ ਨਾ ਮੈਂ ਆਪਣਾ ਪੇਕਾ ਘਰ ਹੀ ਵੇਚ ਸਕਦੀ ਹਾਂ। ਉਹਦੇ ਤਾਲੇ ਲੱਗੇ ਹੋਏ, ਮੈਂ ਹਫ਼ਤੇ ਬਾਅਦ ਦੋ ਹਫ਼ਤੇ ਕਿਤੇ ਜਾਂਦੀ ਹਾਂ, ਮਾਤਾ ਜੀ ਦਾ ਦਰਵਾਜ਼ਾ ਖੋਲ੍ਹ ਕੇ ਵੇਖ ਆਉਂਦੀ ਹਾਂ, ਫਿਰ ਮੈਂ ਆਪਣੇ ਕੋਲ ਹੀ ਆਪਣੀ ਮੰਮੀ ਨੂੰ ਲੈ ਆਉਂਦੀ ਵੀਰ ਜੀ। ਅਸੀਂ ਵੀਰ ਜੀ ਮੈਨੂੰ ਜਿਸ ਟਾਈਮ 'ਤੇ ਪਤਾ ਲੱਗਿਆ ਮੈਂ ਉਸੇ ਆਪਣੀ ਮਾਤਾ ਜੀ ਦੇ ਕੋਲ ਗਈ ਹਾਂ, ਕੁਛ ਨਹੀਂ, ਸਾਨੂੰ ਬਸ ਰੋਂਦੇ ਧੋਂਦੇ ਰਹੇ। 5ਵੇਂ ਦਿਨ ਸਾਨੂੰ ਅਖਬਾਰ 'ਤੇ ਦੇ ਦਿੱਤਾ ਉਹਨਾਂ ਨੇ ਕਿ ਤੁਹਾਡਾ ਮੁਕਾਬਲਾ ਕਰਕੇ ਮਾਰ ਦਿਓ, ਵੀ ਸਾਨੂੰ ਕੋਈ ਗੁਆਂਢੀ ਲੱਗ ਗਿਆ, ਉਹਨੂੰ ਸਾਨੂੰ ਦੱਸਿਆ ਜਾਣਗੇ, ਅਖਬਾਰ ਉਹਨੂੰ ਸਾਨੂੰ ਪੜ੍ਹਾਈ ਜਾਣਗੇ। ਫਿਰ ਵੀਰ ਜੀ ਅਸੀਂ ਗਏ, ਦੋ ਚਾਰ ਜਣੇ ਗਏ, ਪਤਾ ਨਹੀਂ ਕੌਣ ਗਿਆ ਕੌਣ ਫੁੱਲ ਲੈ ਕੇ ਆਏ। ਸਾਡੇ ਵੀਰ ਜੀ ਨੇ ਉਸ ਵੇਲੇ ਸੁਣੇ ਸਾਨੂੰ ਦੱਸ ਦਿੱਤਾ ਆਣਗੇ ਵੀ ਮੇਰੇ ਫੁੱਲ ਨਹੀਂ ਗਏ, ਕਿਸੇ ਹੋਰ ਦੇ ਫੁੱਲ ਲੈ ਕੇ ਆਏ। ਸਾਨੂੰ ਵੀਰ ਜੀ ਕੋਈ ਨਹੀਂ, ਅੱਜ ਤੱਕ 26 ਸਾਲ, ਅੱਜ ਸਾਨੂੰ ਇਨਸਾਫੀ ਵੀਰ ਜੀ ਦੀ ਮਿਲਣੀ ਹੈ ਸਾਡੇ ਲਈ, ਮੇਰੇ ਤੋਂ ਛੋਟਾ ਸੀ ਮੇਰਾ ਵੀਰ ਜੀ। ਹਾਂਜੀ ਵੀਰ ਜੀ ਖੁਸ਼ ਹਾਂ, ਪਰ ਵੀਰ ਤਾਂ ਸਾਨੂੰ ਸਾਡਾ ਮਿਲਣਾ ਨਹੀਂ ਹੈ, ਚਲੋ ਅਸੀਂ ਖੁਸ਼ ਹਾਂ, ਚਲੋ ਸਾਨੂੰ ਇਨਸਾਫੀ ਸਾਡੇ ਭਰਾ ਦੀ ਮਿਲ ਗਈ ਹੈ। ਸਰਦਾਰ ਹਰਪਾਲ ਸਿੰਘ ਪਿੰਡ ਪੱਲਿਓ, ਜੋ ਪੁਲਿਸ ਨੇ ਫਰਜ਼ੀ ਐਨਕਾਊਂਟਰ 'ਚ ਮਾਰਿਆ, ਉਹ ਮੇਰਾ ਸਾਲਾ ਸੀਗਾ। ਮਹਿਜ 15 ਸਾਲ ਦੀ ਉਮਰ ਸੀ ਉਹਦੀ, ਜੋ ਕਿ ਬੜਾ ਹੀ ਨਿੱਘੇ ਸੁਭਾਅ ਦਾ ਬੱਚਾ ਸੀਗਾ। ਮੇਰੀ ਮੈਰਿਜ ਹੋਣ ਤੋਂ ਬਾਅਦ 5 ਮਹੀਨੇ ਉਹਨੂੰ ਫਰਜ਼ੀ ਐਨਕਾਊਂਟਰ 'ਚ ਮਾਰਤਾ ਗਿਆ। ਸਵੇਰੇ 5 ਵਜੇ ਮੇਰੀ ਮਦਰ-ਇਨ-ਲਾਅ ਅਤੇ ਉਹ ਬੇੜਾ ਸੁੱਤੇ ਹੋਏ ਸੀ, ਘਰ ਆ ਕੇ ਪੁਲਿਸ ਨੇ ਫੜ ਖੜਿਆ।
ਅਤੇ ਕਾਫੀ ਇਹਨਾਂ ਰੌਲੀ ਪਾਈ ਆ ਵੀ ਛੱਡ ਦਿਉ ਛੱਡ ਦਿਉ, ਪਰ ਉਹਨਾਂ ਨੇ ਛੱਡਿਆ। ਉਸੇ ਟਾਈਮ ਇਹਨਾਂ ਨੇ ਉਹਦੀਆਂ ਲੱਤਾਂ ਬੰਨ ਕੇ, ਅੱਖਾਂ ਬੰਨ ਕੇ, ਸਿਹਤ ਦਾ ਸਮਾਂ ਸੀ, ਗੁਰਦੁਆਰੇ ਸਾਹਮਣੇ ਘਰ ਆ, ਲੋਕਾਂ ਨੇ ਸਰ ਦੇਖਿਆ ਜਦੋਂ ਫੜਕ ਖੜਿਆ, ਅਤੇ ਲੋਕਾਂ ਦਵਾਈ ਦਿੱਤੀ, ਪਰ ਡਰਦਾ ਕੋਈ ਅੱਗੇ ਨਹੀਂ ਹੋਇਆ ਕਿਉਂਕਿ ਉਸ ਟਾਈਮ ਮਾਹੌਲ ਬਹੁਤ ਖਰਾਬ ਸੀਗਾ, ਅਤੇ ਡਰਦਾ ਕੋਈ ਬੋਲਦਾ ਨਹੀਂ ਸੀਗਾ। ਅਤੇ ਨਜਾਇਜ਼ ਚੁੱਕ ਕੇ ਉਹਨਾਂ ਨੇ 5 ਦਿਨ ਇਨਕਾਊਂਟਰ ਕਰਤਾ, ਫੇਕ ਇਨਕਾਊਂਟਰ ਕਰ ਗੋਲੀ ਮਾਰ ਕੇ ਮਾਰ ਦਿੱਤਾ। ਸਾਨੂੰ ਅਖਬਾਰ 'ਚ ਲੱਗਾ ਵੀ ਇਹਨਾਂ ਨੇ ਮੁਕਾਬਲਾ ਬਣਾ ਕੇ ਹਰਪਾਲ ਸਿੰਘ ਨੂੰ ਮਾਰ ਦਿੱਤਾ। ਉਹਦੇ ਜਾਣ ਨਾਲ ਸਾਨੂੰ ਬਹੁਤ ਘਾਟਾ ਪਿਆ ਹੈ। ਸਾਡੀ ਜਿਹੜੀ ਮਾਂ ਹੈ ਅੱਜ ਦਾਦਾ ਧੱਕੇ ਖਾਂਦੀ ਫਿਰਦੀ ਹੈ, ਉਹਨੂੰ ਸਾਂਭਣ ਵਾਲਾ ਕੋਈ ਨਹੀਂ ਹੈਗਾ। ਇਸ ਟਾਈਮ ਮੇਰੇ ਕੋਲ ਰਹਿੰਦੀ ਹੈ, ਹਾਰਟ ਦੀ ਪੇਸ਼ੈਂਟ ਹੈ। 26 ਸਾਲ ਬਾਅਦ ਸਾਨੂੰ ਇਨਸਾਫ ਮਿਲਿਆ, ਅੱਜ ਬੜੇ ਖੁਸ਼ ਹਾਂ ਕਿ ਕਾਨੂੰਨ ਅਜੇ ਹੈਗਾ ਆ, ਇਨਸਾਫ ਦੀ ਸੱਤ ਦੀ ਜਿੱਤ ਹੋਈ ਹੈ। ਅਸੀਂ CBI ਦਾ ਵੀ ਬੜਾ ਸਤਿਕਾਰ ਕਰਦੇ ਹਾਂ ਜਿਨ੍ਹਾਂ ਨੇ ਇਸ ਕੇਸ ਦੀ ਪੈਰਵਾਈ ਕੀਤੀ, ਅਤੇ ਜਿਸ ਤਰ੍ਹਾਂ ਅਸੀਂ ਖਾਲੜਾ ਕਮਿਸ਼ਨ ਦੇ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਐਡਾ ਵੱਡਾ ਕੇਸ ਲੜਿਆ ਅਤੇ ਸਾਨੂੰ ਅੱਜ ਇਨਸਾਫ ਮਿਲਿਆ, ਅਤੇ ਸਾਡੀ ਅੱਜ ਜਿੱਤ ਜਿੱਤ ਹੋਈ ਹੈ। ਜਿਵੇਂ ਇਹਨਾਂ ਨੇ ਸਾਡਾ ਬੇਕਸੂਰ ਬੇਟਾ ਜਿਹਨੇ ਮਾਂ ਨੂੰ ਸਾਂਭਣਾ ਸੀਗਾ ਉਹਨੂੰ ਮਾਰਿਆ, ਅੱਜ ਦੁੱਖ ਲੱਗਦਾ ਹੈ ਬੜਾ ਜਦੋਂ ਉਹਦੀ ਯਾਦ ਕਰਦੇ ਹਾਂ, ਉਹਦੀ ਫੋਟੋ ਦੇਖਦੇ ਹਾਂ, ਅਤੇ ਬੜਾ ਮਹਿਸੂਸ ਹੁੰਦਾ ਹੈ। ਅੱਜ ਹੁੰਦਾ ਉਹਦੇ ਕੋਈ ਜਾਂਦੇ ਜਾ ਕੇ ਬਹਿੰਦੇ, ਉਹਨਾਂ ਕੋਲ ਦੁੱਖ ਸੁੱਖ ਖੋਲਦੇ, ਪਰ ਉਹਨਾਂ ਨੇ ਸਾਨੂੰ ਕਿਸੇ ਜੋਗਾ ਨਹੀਂ ਛੱਡਿਆ।